ਦੇਖ ਲਓ ਵੀਰੇ, ਪਿੰਡ ਪਹਾੜਪੁਰ, ਜ਼ਿਲ੍ਹਾ ਪਟਿਆਲਾ। ਪਤਾ ਹੈ ਵੀ ਪੰਜਾਬ 'ਚ ਕਿੰਨੇ ਹਾਦਸੇ ਹੋ ਰਹੇ ਨੇ। ਜਵਾਕ ਬੋਰ 'ਚ ਡਿੱਗ ਜਾਂਦੇ ਨੇ ਕਦੇ ਕੀ ਕਦੇ ਕੀ, ਪਰ ਮੈਨੂੰ ਲੱਗਦਾ ਲੋਕਾਂ ਨੂੰ ਹਾਲੇ ਵੀ ਸਮਝ ਨਹੀਂ ਆਈ ਹੈਗੀ। ਆਹ ਦੇਖ ਲਓ ਵੀਰੇ, ਖੂਹ ਆ ਪਿੰਡ ਦਾ, ਕਾਫੀ ਪੁਰਾਣਾ ਖੂਹ, ਅਤੇ ਐਂ ਹੈ ਜੀ ਨੰਗਾ ਉੱਤੋਂ। ਦੇਖ ਲਓ ਕਿੰਨਾ ਡੂੰਘਾ, ਕੋਈ ਇਹਦੇ ਉੱਤੇ ਕੋਈ ਉਹ ਨਹੀਂ ਲਾਇਆ, ਕੋਈ ਸ਼ਿਕੰਜਾ ਨਹੀਂ, ਕੋਈ ਕੁਛ ਨਹੀਂ। ਕਿਸੇ ਵੇਲੇ ਵੀ ਕੋਈ ਹਾਦਸਾ ਹੋ ਸਕਦਾ। ਪੰਚਾਇਤ ਨੂੰ ਵੀ ਕਈ ਵਾਰ ਕਹਿਤਾ, ਪਰ ਲੱਗਦਾ ਪੰਚਾਇਤ ਸੁਣਦੀ ਨਹੀਂ ਕਿਸੇ ਦੀ, ਆਪਣੇ ਆਪਣੇ ਕੰਮਾਂ 'ਚ ਬਿਜ਼ੀ ਨੇ ਸਾਰੇ। ਪਰ ਜਦੋਂ ਕੋਈ ਹਾਦਸਾ ਹੋ ਗਿਆ, ਰੱਬ ਨਾ ਕਰੇ ਕੋਈ ਬੱਚਾ ਡਿੱਗ ਜਾਵੇ ਇਹਦੇ ਵਿੱਚ। ਆਹ ਦੇਖ ਲਓ, ਇੱਥੇ ਬੱਚੇ ਵੀ ਖੇਡਦੇ ਨੇ। ਆਹ ਦੇਖ ਲਓ, ਛੋਟੇ ਛੋਟੇ ਬੱਚੇ ਖੇਡ ਰਹੇ ਆ ਇੱਥੇ। ਚੱਲ ਬੱਚਿਆਂ ਨੂੰ, ਆਹ ਦੇਖ ਲਓ ਨਿੱਕੇ ਨਿੱਕੇ ਬੱਚੇ ਖੇਡਦੇ ਨੇ ਇੱਥੇ ਸ਼ਾਮ ਨੂੰ ਆ ਕੇ ਐਨ ਪਿੰਡ ਦੇ ਵਿੱਚ। ਬੋਰ ਤਾਂ ਚਲੋ ਖੇਤਾਂ 'ਚ ਹੁੰਦੇ ਨੇ, ਚਲੋ ਹੁਣ ਲੋਕ ਬੋਰ ਵੀ ਬੰਦ ਕਰਨ ਲੱਗੇ, ਪਰ ਆਹ ਮੌਤ ਦਾ ਖੂਹ ਆ ਜਿਹੜਾ, ਤੁਹਾਨੂੰ ਇੱਕ ਵਾਰ ਫਿਰ ਦਿਖਾਉਣਾ ਮੈਂ। ਵੇਖ ਲਓ ਕਿੰਨਾ ਡੂੰਘਾ, ਇਹਦੇ ਉੱਤੇ ਕੁਛ ਨਹੀਂ ਲਾਇਆ ਹੋਇਆ, ਬੱਚੇ ਖੇਡਦੇ ਨੇ। ਰੱਬ ਨਾ ਕਰੇ ਕੋਈ ਆ ਕੇ ਵਿੱਚ ਡਿੱਗ ਜੇ, ਕੌਣ ਜ਼ਿੰਮੇਵਾਰ ਉਹਦਾ, ਪੰਚਾਇਤ ਜਾਂ ਪ੍ਰਸ਼ਾਸਨ? ਲੋਕ ਇੱਥੇ ਸੱਥ 'ਚ ਆ ਕੇ ਬਹਿੰਦੇ ਨੇ, ਸਾਰਿਆਂ ਨੂੰ ਪਤਾ, ਪਰ ਕਰਨਾ ਕੁਝ ਨਹੀਂ ਹੈਗਾ। ਬਸ ਮੈਨੂੰ ਲੱਗਦਾ ਵੀ ਕਿਸੇ ਹਾਦਸੇ ਦੀ ਉਡੀਕ ਕਰ ਰਹੇ ਨੇ, ਵੀ ਕਦੋਂ ਕੋਈ ਇੱਥੇ ਹਾਦਸਾ ਹੋਵੇ, ਕਦੇ ਲੋਕਾਂ ਨੂੰ ਅਕਲ ਆਵੇ। ਆਹ ਦੇਖ ਲਓ ਬੱਚੇ, ਛੋਟੇ ਛੋਟੇ ਬੱਚੇ ਖੇਡ ਰਹੇ ਨੇ, ਅਤੇ ਆਹ ਦੇਖੋ ਮੌਤ ਦਾ ਖੂਹ। ਵੱਧ ਤੋਂ ਵੱਧ ਸ਼ੇਅਰ ਕਰਿਓ ਵੀਰੇ, ਤਾਂ ਜੋ ਵੀਡੀਓ ਪ੍ਰਸ਼ਾਸਨ ਤੱਕ ਪਹੁੰਚੇ, ਅਤੇ ਛੇਤੀ ਕੋਈ ਉਪਰਾਲਾ ਕਰਨ, ਬੰਦ ਕਰਨ ਇਹਨੂੰ, ਤਾਂ ਜੋ ਕੋਈ ਵੱਡਾ ਹਾਦਸਾ ਹੋਣ ਤੋਂ ਟਲਿਆ ਜਾਵੇ। ਠੀਕ ਹੈ ਜੀ, ਕਾਫੀ ਆਹ ਦੇਖ ਲਓ ਬੱਚੇ ਖੇਡ ਰਹੇ ਨੇ ਇੱਥੇ, ਕਿਸੇ ਵੇਲੇ ਵੀ ਕੁਛ ਵੀ ਹੋ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।